ਕੋਠੀ ਐਡੀ ਵੱਡੀ ਤੁਸੀਂ ਤਾਂ ਕੋਠੀ ਛੱਤ ਲਈ ਪਰ ਗਲੀਆਂ ਦਾ ਮੰਦਾ ਹਾਲ ਨਾ ਤੈਨੂੰ ਹੁਣ ਕੋਠੀ ਚੁੱਬਦੀ ਐ ਤੂੰ ਕਾਹਦਾ ਪੱਤਰ ਕੋਠੀ ਕੋਠੀ ਕਾਦੀ ਚੁੱਬਦੀ ਐ ਅੱਗ ਅੱਗ ਕਿਹੜੀ ਇਹ ਤੁਸੀਂ ਮੀਡੀਆ ਨੂੰ ਇਹ ਮੀਡੀਆ ਤੇ ਗਲਤ ਉਂਗਲਾਂ ਤੁਸੀਂ ਚੁੱਕ ਰਹੇ ਹੋ ਕੋਠੀ ਚੁੱਬਦੀ ਐ ਅਸੀਂ ਸੱਚ ਵਿਖਾਉਣਾ ਸੱਚ ਹੀ ਵਿਖਾਉਣੇ ਲੈ ਵੀ ਮਿੱਤਰੋ ਕਹਿੰਦੇ 100 ਦਿਨ ਚੋਰ ਦਾ ਤੇ 1 ਦਿਨ ਸਾਦਾ ਮਾੜਾ ਨਤੀਜਾ ਸਰਕਾਰੀ ਪੈਸਿਆਂ ਦੇ ਖਾਦੇ ਸਵਾਦ ਦਾ ਆ ਸਰਪੰਚ ਜੀ ਫਸ ਗਿਆ ਸਰਕਾਰੀ ਪੈਸਾ ਖਾਦਾ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦਿਖਾਉਂਗਾ ਬੀਬੀ ਜੀ ਤੁਹਾਡੇ ਤੇ ਇਲਜ਼ਾਮ ਲੱਗਿਆ ਜਿਹੜਾ ਕਰੋੜਾ ਰੁਪਈਆ ਦਾ ਕਵਲਾ ਤੁਸੀਂ ਕੀਤਾ ਅਸੀਂ ਕੋਈ ਕੀ ਤਾਂ ਨਿੱਕੇ ਮੋਟੇ ਚੱਲੀ ਜਾਂਦੇ ਰਹਿੰਦੇ ਆ ਨਿੱਕੇ ਕਰੋੜਾਂ ਰੁਪਏ ਨੂੰ ਵੀ ਨਿੱਕੇ ਮੋਟੇ ਇਲਜ਼ਾਮਾਂ ਤਾਂ ਜਮਾ ਕਮਾਲ ਵੀ ਥੋੜੇ ਤੇ ਇਲਜ਼ਾਮ ਕਰੋੜਾਂ ਰੁਪਏ ਤੁਸੀਂ ਜਿਹੜੇ ਖਾਦੇ ਆ ਇਹ ਗੱਲ ਖੁੱਲ ਕੇ ਆਈ ਆ ਨਵੀਂ ਸਰਕਾਰ ਨੇ ਸਾਰਾ ਜਿਹੜਾ ਉਹਨਾਂ ਨੇ ਕੱਢ ਕੇ ਲਿਆਂਦਾ ਪਹਿਲਾਂ ਮੰਤਰੀ ਰਗੜੇ ਗਏ ਆ ਉਹ ਲੀਡਰ ਜੇਲ੍ਹਾਂ ਚ ਸਿੱਟੇ ਹੁਣ ਪੰਚਾਇਤਾਂ ਦੀ ਵਾਰੀ ਆਈ ਆ ਪੰਚਾਇਤਾਂ ਦੇ ਕੋਈ ਪੰਚਾਇਤਾਂ ਨੇ ਪੈਸਾ ਨਹੀਂ ਖਾਦਾ ਕੁਛ ਨਹੀਂ ਕੀਤਾ ਇਹ ਤਾਂ ਨਿੱਕੇ ਮੋਟੇ ਆ ਇਹ ਤਾਂ ਉੱਥੇ ਜਾ ਕੇ ਪਤਾ ਲੱਗੂ ਇਹ ਤਾਂ ਐਵੇਂ ਇੱਕ ਦੂਜੇ ਤੇ ਝੂਠੇ ਇਲਜ਼ਾਮ ਲਾਈ ਜਾਂਦੇ ਰਹਿੰਦੇ ਆ ਲਾ ਬਈ ਇਹ ਤਾਂ ਬੀਬੀ ਮਾਨਦੀਨ ਕਹਿੰਦੀ ਵੀ ਝੂ ਵਾਸਤੇ ਗ੍ਰਾਂਟਾਂ ਆਈਆਂ ਗਲੀਆਂ ਵਾਸਤੇ ਆਈਆਂ ਪਾਰਕਾਂ ਵਾਸਤੇ ਪੈਸਾ ਆਇਆ ਲੋਕਾਂ ਦੀਆਂ ਟੱਟੀਆਂ ਵਾਸਤੇ ਪੈਸਾ ਆਇਆ ਕਹਿੰਦੇ ਆ ਕੋਠੀ ਵੀ ਤੁਸੀਂ ਸਰਪੰਚ ਨਹੀਂ ਬਣਨ ਤੋਂ ਬਾਅਦ ਪਾਈ ਆ ਕੋਠੀ ਅਸੀਂ ਆਪਦੇ ਸਿਰ ਤੇ ਪਾਈ ਆ ਇਹ ਕੋਈ ਅਸੀਂ ਗਵਰਨਮੈਂਟ ਦਾ ਪੈਸਾ ਖਾ ਕੇ ਖਾਏ ਲੋਕਾਂ ਦੀਆਂ ਗ੍ਰਾਂਡਾ ਖਾਦ ਕੇ ਅਸੀਂ ਕੋਈ ਕਿਸੇ ਦੀ ਗ੍ਰਾਂਟ ਨਹੀਂ ਖਾਦੀ ਅਸੀਂ ਆਪਦੇ ਸਿਰ ਤੇ ਕੋਠੀ ਪਾਈ ਆ ਦੀ ਜਾਇਦਾਦ ਦੀ ਕਮਾਈ ਕਰਕੇ ਕੋਠੀ ਪਾਈ ਆ ਕੋਈ ਅਸੀਂ ਖਾਦਾ ਨਹੀਂ ਇਹਦਾ ਇਹ ਮੈਂ ਝੂਠ ਨਾ ਮੂਠ ਨਾ ਚੱਲੀ ਜਾਂਦੇ ਇਹ ਤਾਂ ਅਦਾਲਤ ਦੇ ਵਿੱਚ ਜਾ ਕੇ ਪਤਾ ਲੱਗੂ ਉੱਥੋਂ ਅਸੀਂ ਬਰੀ ਹੋ ਕੇ ਘਰੇ ਆ ਹੀ ਜਾਣਾ ਲੀਡਰਾਂ ਨੇ ਬਹੁਤ ਗ੍ਰਾਂਡਾ ਖਾਦੀਆਂ ਕੋਠ ਠੀਕ ਹੈ ਤੇ ਅਸੀਂ ਇੰਨੇ ਕ ਪੈਸਿਆਂ ਦਾ ਖਾਨਦਦਾਦਾ ਕੀ ਆ ਇਹ ਤਾਂ ਬਰੀ ਹੋ ਕੇ ਸੀ ਆ ਹੀ ਜਾਣਾ ਕਰ ਲੈ ਲੈ ਵੀ ਇਹ ਤਾਂ ਕਹਿੰਦੇ ਵੀ ਜਮਾ ਇਹ ਝੂਠੇ ਇਲਜ਼ਾਮਾਂ ਕਹਿੰਦੇ ਸਿਰਫ ਜਿਹੜੇ ਲੀਡਰਾਂ ਨੇ ਆ ਉਹਨਾਂ ਨੇ ਪੰਪ ਲਾ ਲੇ ਕਹਿੰਦੇ ਉਹਨਾਂ ਨੇ ਬੱਸਾਂ ਪਾਲੀਆਂ ਉਹਨਾਂ ਨੂੰ ਕੀ ਕਿਸੇ ਨੇ ਕੁਝ ਕਿਹਾ ਤੇ ਸਾਡੀ ਕਹਿੰਦੇ ਕੋਠੀ ਤੇ ਜ਼ਮੀਨ ਜ਼ਮੀਨ ਕਿੰਨੀਆਂ ਬੀਬੀ ਤੁਹਾਡੇ ਕੋਲ ਸਾਡੇ ਕੋਲੇ ਤਿੰਨ ਕਿੱਲੇ ਪੈਲੀ ਦੇ ਆ ਤਿੰਨ ਤਿੰਨ ਕਿੱਲਿਆਂ ਚ ਐਡੀ ਵੱਡੀ ਕੋਠੀ ਤੁਸੀਂ ਆਪ ਸੋਚ ਸਕਦੇ ਹੋ ਵੀ ਜਿਹੜੀ ਆ ਕੋਠੀ ਬਣਾਈ ਗਈ ਹੈ ਇਲਜ਼ਾਮ ਕਿਉਂਕਿ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਸਿੱਧੀਆਂ ਗੱਲਾਂ ਇਹ ਕਹਿ ਦਿੱਤੀਆਂ ਗਈਆਂ ਉਹ ਕਹਿੰਦੇ ਵੀ ਜਿਹੜੀ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਦਾ ਅਸੀਂ ਸਾਰਾ ਕੁਝ ਰਗੜ ਕੇ ਰੱਖ ਦੇਣਾ ਕਿਉਂਕਿ ਪਹਿਲਾਂ ਲੀਡਰ ਛੁੱਟੇ ਗਏ ਜੇਲ੍ਹਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਜਿਹੜਾ ਇਲਜ਼ਾਮ ਲੱਗਿਆ ਗ੍ਰਿਫਤਾਰ ਕੀਤਾ ਗਿਆ ਤੇ ਮੈਂ ਇਹ ਵੀ ਸੁਣਿਆ ਕਿ ਜਿਹੜੇ ਨੇੜਲੇ ਨੇੜਲੇ ਪਿੰਡਾਂ ਦੇ ਸਰਪੰਚਾਂ ਜਿਨ੍ਹਾਂ ਤੇ ਇਹ ਛਾਪਾ ਪਿਆ ਕਹਿੰਦੇ ਵੀ ਉਹ ਭੱਜ ਗਏ ਕੋਈ ਭੱਜਿਆ ਨਹੀਂ ਸਭ ਭਰੀ ਹੋ ਕੇ ਸਭ ਨੇ ਕਰੇ ਆ ਜਾਣਾ ਇਹ ਤਾਂ ਮੈਂ ਝੂਠੇ ਜਾਵਾ ਕਾਦੀ ਸਰਕਾਰ ਬਣ ਗਈ ਲੋਕ ਫਾਹੇ ਦੇਤੇ ਇਹਨਾਂ ਨੇ ਲੈ ਵੀ ਇਹ ਤਾਂ ਆਹੀ ਗੱਲਾਂ ਬੱਸ ਇਹ ਤਾਂ ਹਜੇ ਵੀ ਮੈਂ ਕਹਿ ਸਕਦਾ ਵੀ ਪੂਰੀ ਆਕੜ ਦੇ ਨਾਲ ਗੱਲ ਹੋ ਰਹੀ ਹੈ ਕਹਿੰਦੇ ਵਿੱਚ ਤਾਂ ਖਾਦਾ ਹੀ ਕੁਛ ਨਹੀਂ ਆ ਤਿੰਨ ਕਿੱਲਿਆਂ ਦੇ ਨਾਲ ਐਡੀ ਕੋਠੀ ਪਈਆ ਕਹਿੰਦੇ ਸਾਡੀ ਆਪ ਦੀ ਜੱਦੀ ਜਾਇਦਾਦ ਦੀ ਕੋਠੀ ਪਈਆ ਨਹੀਂ ਨਹੀਂ ਤੁਸੀਂ ਇਹ ਦੱਸੋ ਵੀ ਸਰਪੰਚੀ ਤੁਹਾਡੇ ਕੋਲੇ ਸੀਗੀ ਜਾਂ ਤੁਹਾਡੇ ਘਰ ਵਾਲੇ ਕੋਲੇ ਸੀ ਸਾਡੇ ਘਰ ਵਾਲੇ ਕੋਲੇ ਸਰਪੰਚੀ ਸੀ ਤੇ ਹੁਣ ਉਹ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਉਹ ਕਿੱਥੇ ਆ ਉਹ ਭੱਜ ਗਿਆ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਭੱਜ ਗਿਆ ਤਾਂ ਆ ਬਣਦਾ ਹੌਸਲਿਆ ਬੀਬੀ ਦੇ ਸਰਪੰਚਨੀ ਦਾ ਵੀ ਕਹਿੰਦੀ ਉਹ ਤਾਂ ਭੱਜ ਗਿਆ ਵੇਖੋ ਜਿਵੇਂ ਕੋਈ ਡਾਰ ਨਹੀਂ ਇਹਦਾ ਮਤਲਬ ਇੰਨੇ ਪੈਸੇ ਖਾਧਿਆ ਸਰਕਾਰ ਨੇ ਹੁਣ ਇਹਨਾਂ ਨੂੰ ਇਹ ਹਿਸਾਬ ਲੈਣਾ ਇਹ ਦੁਨੀਆ ਦੇ ਲੋਕ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਚੰਗਾ ਕਿ ਕਿ ਨਹੀਂ ਚੰਗਾ ਹੋਇਆ ਵੇਖੋ ਇਹ ਖਾਧੇ ਗਏ ਆ ਪੈਸੇ ਨਾ ਨਹੀਂ ਹੁਣ ਵੇਖੋ ਲੋਕਾਂ ਨੇ ਏਡਾ ਵੱਡਾ ਬਦਲਾ ਆ ਲਿਆਂਦਾ ਉਹਨਾਂ ਨੇ ਇਹੋ ਜੀ ਸਰਕਾਰ ਚੁਣੀਓ ਕਹਿੰਦੇ ਇਮਾਨਦਾਰੀ ਸਿਰਫ ਇਮਾਨਦਾਰੀ ਦਿਖਾਉਣੀ ਆ ਭ੍ਰਿਸ਼ਟਾਚਾਰੀ ਅਸੀਂ ਖਤਮ ਕਰਨੀ ਕਿਹੜੀ ਇਮਾਨਦਾਰੀ ਵਿਖਾਉਂਦੇ ਜਗ ਜਗ ਲੋਕਾਂ ਨੂੰ ਸਿੱਟੀ ਜਾਂਦੇ 5 ਸਾਲ ਰਹਿ ਗਏ ਆ ਸਾਢੇ 4 ਹੀ ਰਹਿ ਗਏ ਅਸੀਂ ਸਾਡੀ ਸਰਕਾਰ ਆ ਜਾਣੀ ਇਹੋ ਜਿਹਾ ਥਾਂ ਸੱਟਨੇ ਜਿੱਥੋਂ ਪਾਣੀ ਦੀ ਘੋਟ ਵੀ ਨਾ ਮੰਗਣ ਇਹ ਲਾ ਵੀ ਇਹਦਾ ਤਕੜੇ ਬਲੇਮ ਇਹ ਕਹਿੰਦੇ ਇਹਨਾਂ ਨੇ ਵੀ ਕਿਹਾ ਵੀ ਜਿਹੜੇ ਕਰੋੜਾਂ ਦਾ ਕਾਪੜਾ ਕਹਿੰਦੇ ਇਹ ਕੋਈ ਵੱਡੀ ਗੱਲ ਨਹੀਂ ਅਸੀਂ ਤਾਂ ਛੇਤੀ ਬਰੀ ਹੋ ਕੇ ਆ ਜਾਣਾ ਫੈਸਲਾ ਵੇਖੋ ਸਰਕਾਰ ਕਰ ਰਹੀ ਆ ਮੈਂ ਕਹਿੰਦਾ ਚੰਗੀ ਗੱਲ ਆ ਜਿਹੜੇ ਵੀ ਇਹੋ ਜਿਹੇ ਭ੍ਰਿਸ਼ਟਾਚਾਰ ਲੋਕ ਉਹਨਾਂ ਨੂੰ ਪਰੇ ਕਹਿੰਦੇ ਵੀ ਇਲਜ਼ਾਮ ਆ ਇਹ ਹਜੇ ਅਦਾਲਤ 'ਚ ਸਿੱਧ ਨਹੀਂ ਹੋਏ ਅਸੀਂ ਬਰੀ ਹੋ ਕੇ ਆਪਣੇ ਘਰੇ ਆ ਜਾਣਾ ਐਦਾਂ ਦੀ ਕੋਈ ਗੱਲ ਹੀ ਨਹੀਂ ਕਹਿੰਦੇ ਇਹ ਤਾਂ ਮਾੜੀਆਂ ਮੋਟੀਆਂ ਗੱਲਾਂ ਕਹਿੰਦੇ ਤਾਂ ਹੁੰਦੀਆਂ ਰਹਿੰਦੀਆਂ ਪਰ ਇਹ ਬੇਖੋ ਪਰ ਜਿਹੜੇ ਆਖਰਾ ਇਲਜ਼ਾਮ ਲੱਗੇ ਸ਼ਾਸਨ ਨੇ ਗ੍ਰਿਫਤਾਰ ਕੀਤਾ ਆਖਰਕਾਰ ਤੁਹਾਡੇ ਪਿੰਡ ਦਾ ਕੋਈ ਖੋਰ ਆ ਜਿਹੜੇ ਬੰਦੇ ਆ ਕੋਈ ਪਿੰਡ ਦੇ ਵਿੱਚੋਂ ਕੋਈ ਚਾਰ ਭਾਈ ਤੁਹਾਡੇ ਨਾਲ ਆ ਕੇ ਖੜਦੇ ਕੋਈ ਖੜਾ ਨਹੀਂ ਤੁਹਾਡੇ ਨਾਲ ਕੀ ਗੱਲ ਕੀ ਇਹ ਤਾਂ ਟੜੇ ਬੰਦੀ ਆ ਇਹ ਤਾਂ ਪਾਰਟੀਆਂ ਦਾ ਕੰਮ ਹੈ ਤਾਂ ਚੱਲੀ ਜਾਣਾ ਕਾਕਾ ਤੈਨੂੰ ਮੈਂ ਦੱਸਾਂ ਇਹਦਾ ਪੈਸਾ ਦੇਣਾ ਤੇ ਪਾਰ ਨੰਗਣਾ ਪੈਸੇ ਨੇ ਕੰਮ ਕਰਨਾ ਇਹ ਲੋਕਾਂ ਨੇ ਨਹੀਂ ਕਰਨਾ ਲੈ ਭਈ ਇਹ ਤਾਂ ਇਹ ਤਾਂ ਕੀਮਤ ਹੀ ਨਹੀਂ ਜਾਣਦੇ ਇਹ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਟੱਚ ਕਰਕੇ ਜਾਣਦੇ ਆ ਪਤਾ ਨਹੀਂ ਇੰਨਾ ਪੈਸਾ ਖਾਣ ਗਿੱਜੇ ਆ ਜਾਂ ਕੀ ਚੱਕਰਾ ਤੁਹਾਡੇ ਸਾਹਮਣੇ ਸਾਰੀ ਗੱਲ ਲਿਆਂਦੀ ਜਾ ਰਹੀ ਆ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਬਾਤਾਂ ਵੀ ਇਹ ਜਿਹੜਾ ਰਗੜੇ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਲੀਡਰਾਂ ਤੋਂ ਬਾਅਦ ਜਿਹੜੀ ਵਾਰੀਓ ਪੰਚਾਇਤਾਂ ਦੀ ਆਉਣੀ ਆ ਪੰਚਾਇਤਾਂ ਤੇ ਆ ਕੇ ਹੁਣ ਜਿਹੜੀ ਗਾਇ ਡਿੱਗੀ ਆ ਸਰਪੰਚ ਬੀਬੀ ਦੇ ਘਰੋਂ ਭੱਜ ਗਿਆ ਹੁਣ ਬੀਬੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਫਿਰ ਇਹੀ ਆ ਵੀ ਟੈਡੀ ਉਂਗਲਾ ਜਿਹੜੀ ਪ੍ਰਸ਼ਾਸਨ ਨੂੰ ਪਾਉਣੀ ਪੈਂਦੀ ਹੈ ਗ੍ਰਿਫਤਾਰ ਹੋਣੀ ਇਹਨਾਂ ਨੂੰ ਕੀਤਾ ਹੋ ਸਕਦਾ ਉਹ ਪੇਸ਼ ਹੋਣ ਆਕਰ ਤੁਹਾਨੂੰ ਪਤਾ ਤਾਂ ਹੋਊਗਾ ਵੀ ਕਿੱਥੇ ਗਿਆ ਕਿਉਂਕਿ ਇਹ ਤਾਂ ਗੱਲਾਂ ਹੀ ਨਹੀਂ ਹੁੰਦੀਆਂ ਵੀ ਆਪਾਂ ਨੂੰ ਘਰ ਦੇ ਵਿੱਚ ਪਤਾ ਨਾ ਓਏ ਆਜੂ ਕੋਈ ਐਡਾ ਸੇਤੇ ਸਰ ਨਹੀਂ ਆ ਜਾਣਾ ਮੈਂ ਹੈਗੀ ਆ ਲੈ ਭਾਈ ਇਹਦਾ ਇਹ ਤਾਂ ਵੀ ਪੈਸੇ ਖਾਦੇ ਆ ਜਾਂ ਨਹੀਂ ਖਾਦੇ ਇਹ ਗੱਲਾਂ ਦੇ ਫੈਸਲੇ ਤਾਂ ਤੁਸੀਂ ਕਰਨੀਆਂ ਜਿਹੜੀ ਨਹੀਂ ਨਹੀਂ ਵੇਖੋ ਤੁਸੀਂ ਇਹ ਗੱਲ ਇੱਕ ਗੱਲ ਹੋਰ ਵੇਖੋ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਅਸੀਂ ਲੰਘ ਕੇ ਆਏ ਆ ਐਡਾ ਐਡਾ ਚੇਕੜਾ ਬੁਰੇ ਹਾਲਾ ਵਿਕਾਸ ਕਿਉਂ ਨਹੀਂ ਹੋਇਆ ਫਿਰ ਪੰਨ ਤੂੰ ਦੇਖ ਜਿੱਥੋਂ ਉੱਥੋਂ ਤੋਂ ਸਾਡੀ ਗਲੀ ਵੜਿਆ ਕੀ ਸੋਹਣੀ ਪ ਦੀ ਕੋਠ ਨਹੀਂ ਖੜਨੀ ਨਹੀਂ ਥੋੜੀ ਗਲੀ ਤੇ ਮੈਂ ਵੇਖ ਲਈ ਜਮਾ ਮਲਾਈ ਵਰਗੀ ਆ ਐਂਟਰ ਟੋਲ ਜਿਹੜੀਆਂ ਟਾਈਲਾਂ ਲੱਗੀਆਂ ਦਰਾਖਤਾਂ ਖਜੂਰਾਂ ਖਜਾਰਾਂ ਤੁਸੀਂ ਆਪਦੀਆਂ ਬਾਕੀ ਪਿੰਡ ਚ ਕਿਉਂ ਨਹੀਂ ਸਾਰੇ ਪਿੰਡ ਚ ਲਾਇਆ ਲੋਕ ਸਮਾਈ ਨਹੀਂ ਕਰਦੇ ਹੂੰ ਇਹਦਾ ਬਈ ਇੰਨੀਆਂ ਦਾ ਨਾਲ ਬੰਨ ਦਿੰਦੇ ਲਿਆ ਕੇ ਬੱਕਰਾਂ ਦਾ ਬੰਨ ਦਿੰਦੇ ਇਹ ਤਾਂ ਇਲਜ਼ਾਮ ਆ ਜਿਹੜੇ ਬਈ ਲੋਕਾਂ ਤੇ ਇਹ ਤਾਂ ਪਿੰਡ ਦੇ ਲੋਕਾਂ ਦੇ ਵੀ ਇਲਜ਼ਾਮ ਆ ਜਿਹੜੀ ਬੀਬੀ ਸਰਪੰਚ ਨੇ ਲਾ ਲਈ ਹੈ ਕਹਿੰਦੀ ਵੀ ਅਸੀਂ ਤਾਂ ਲਾਏ ਸੀ ਬੂਟੇ ਹੁਣ ਨਾਲ ਕਹਿੰਦੇ گاਵਾ ਪਸ਼ੂ ਬਾਂ ਨਾ ਦੇ ਕਿਤੇ ਬੱਕਰੀਆਂ ਬੰਨ ਲੀਆਂ ਮੁੱਛ ਕੇ ਹੁਣ ਤੁਸੀਂ ਵੇਖੋ ਵੀ ਆ ਕੋਠੀ ਤੋਂ ਅੰਦਾਜ਼ਾ ਲਾ ਸਕਦੇ ਹੋ ਮੈਂ ਜਿਹੜਾ ਆਪਾਂ ਸਾਰਾ ਖਲਾਸਾ ਜਿਹੜਾ ਹੋਇਆ ਇਸ ਤੋਂ ਪਹਿਲਾਂ ਜਿਹੜਾ ਇਹ ਛੋਟਾ ਜਿਹਾ ਇੱਕ ਘਰ ਸੀਗਾ ਸਰਪੰਚ ਬਣੇ ਕਹਿੰਦੇ ਵੀ ਇਹ ਤਾਂ ਸਾਡੀ ਜائਦਾਦ ਅਸੀਂ ਇੰਨੇ ਕਿੰਨੇ ਕ ਪੈਸੇ ਖਾਲੇ ਵੱਡੇ ਵੱਡੇ ਲੀਡਰਾਂ ਨੇ ਡੇਡ ਘਬਲੇ ਕੀਤੇ ਪਰ ਹਜੇ ਵੀ ਗੱਲ ਇਹ ਹੋ ਰਹੀ ਹੈ ਵੀ ਅਸੀਂ ਛੁੱਟ ਕੇ ਆ ਜਾਣਾ ਪੈਸਾ ਜਿਹੜਾ ਹੈਗਾ ਪੈਸਾ ਦੇ ਕੇ ਪਾਰ ਲੰਘਣਾ ਇਹਦਾ ਮਤਲਬ ਕਿਤੇ ਨਾ ਕਿਤੇ ਵੱਡੇ ਘਟਾਲੇ ਕਿਉਂਕਿ ਕਰੋੜਾਂ ਰੁਪਈਆ ਦੀ ਬਹੁਤ ਵੱਡੀ ਗੱਲ ਆ ਜੇ ਪੰਚਾਇਤਾਂ ਸਰਪੰਚ ਇੰਨੇ ਇੰਨੇ ਪੈਸੇ ਖਾ ਜਾਣਗੇ ਤੇ ਲੀਡਰਾਂ ਦੇ ਤਾਂ ਫਿਰ ਕਰੋੜਾਂ ਤੋਂ ਗੱਲ ਅਰਬਾਂ ਤੱਕ ਜਾਊਗੀ ਫੈਸਲਾ ਤੁਹਾਡੇ ਹੱਥ ਚਾ ਸਰਕਾਰ ਇੱਕ ਬਹੁਤ ਚੰਗੇ ਕਦਮ ਜਿਹੜੇ ਚੱਕ ਰਹੀ ਹੈ ਉਹਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਪਰ ਇਹ ਆਉਣ ਵਾਲਾ ਟਾਈਮ ਆ ਜਿਹੜਾ ਉਹ ਦੱਸੂਗਾ ਕਿ ਸੱਚ ਕੀ ਆ ਝੂਠ ਕੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗਣਾ ਨਹੀਂ ਵੇਖੋ ਇਹ ਗੱਲਾਂ ਦਾ ਵੇਖੋ ਹੋਰ ਸੀ ਤੁਸੀਂ ਕ ਪਸ਼ੂਵੰਤੇ ਆ ਗੱਲ ਕਰਤੇ ਆਖਰ ਸਫਾਈ ਥੋੜੀ ਗਲੀ ਦੇ ਉੱਥੇ ਵੀ ਤਾਂ ਪਿੰਡ ਦੀ ਪੰਚਾਇਤ ਆਖਰਕਾਰ ਕੋਈ ਜਿਹੜੇ ਵੀਰ ਨਰੇਗਾ ਆ ਲਿਆ ਉਹ ਉੱਥੇ ਸਫਾਈ ਆਸਤੇ ਤੁਸੀਂ ਕਹੋਣ ਥੋੜੀ ਕੋਠੀ ਐਡੀ ਵੱਡੀ ਤੁਸੀਂ ਤਾਂ ਕੋਠੀ ਛੱਤ ਲਈ ਪਰ ਗਲੀਆਂ ਦਾ ਮੰਦਾ ਹਾਲ ਨਾ ਤੈਨੂੰ ਹੁਣ ਕੋਠੀ ਚੋਬਦੀ ਆ ਤੂੰ ਕਾਹਦਾ ਪੱਤਰ ਕੋਈ ਕੋਠੀ ਕੋਠੀ ਗਲੀ ਚੋਬਦੀ ਆ ਅੱਗ ਅੱਗ ਕਿਹੜੀ ਇਹ ਤੁਸੀਂ ਮੀਟ ਨੂੰ ਕਹਤੇ ਗਲਤ ਉਂਗਲਾਂ ਤੁਸੀਂ ਚੁੱਕ ਰਹੇ ਕੋਠੀ ਚੋਬਦੀ ਅਸੀਂ ਸੱਚ ਵਿਖਾਉਣਾ ਸੱਚ ਹੀ ਵਿਖਾਉ ਤੁਸੀਂ ਸੱਚ ਕੀ ਵਿਖਾਉਣਾ ਤੁਹਾਡੇ ਤੇ ਜਾ ਨਾ ਕੁੱਪਾ ਜਾਂ ਮੂਹਰੇ ਕਰ ਦਿੰਦੇ ਆ ਨੀ ਸਾਨੂੰ ਤੁਸੀਂ ਬਿਨਾਂ ਗੱਲ ਤੋਂ ਕਹਿੰਦੇ ਇੱਥੇ ਸੱਚ ਵਿਖਾਉਣਾਗਾ ਇੱਥੇ ਕੋਠੀ ਜੇ ਕੋਠੀ ਪਾਈ ਆ ਸਰਪੰਚ ਜੀ ਤੋਂ ਪਹਿਲਾਂ ਤੁਹਾਡੇ ਕੋਲੇ ਕੋਠੀ ਸੀ ਇਹ ਵੀ ਪਤਾ ਲੱਗਿਆ ਹੁਣ ਤੁਸੀਂ ਸਾਡੇ ਤੇ ਅਸੀਂ ਸੱਚ ਵਿਖਾਉਣਾ ਸਾਡਾ ਫਰਜ਼ ਆ ਇਹ ਮੈਂ ਪਹਿਲਾਂ ਅਸੀਂ ਝੁੱਗੀ 'ਚ ਬੈਠੇ ਸੀ ਤੇ ਝੁੱਗੀ 'ਚ ਬੈਠੇ ਸੀ ਜਦੋਂ ਚਾਹ ਨੀ ਨੀ ਚਾਰ ਕਮਰੇ ਕੋਠੀ ਤੁਸੀਂ ਸਰਪੰਚ ਕਾਕਾ ਤੂੰ ਉੱਥੇ ਜਾ ਜਿੱਥੇ ਵੱਡੇ ਵੱਡੇ ਹਸਪਤਾਲ ਵਾਲੇ ਵੱਡੀਆਂ ਵੱਡੀਆਂ ਲੀਡਰਾਂ ਨੇ ਕੋਠਾਂ ਪਾ ਲਈਆਂ ਹੈ ਉੱਥੇ ਤਾਂ ਪੱਖੇ ਨਹੀਂ ਚੱਲਦੇ ਇੱਥੇ ਆ ਕੇ ਤੂੰ ਰੋ ਮੈਂ ਪੱਖੇ ਪੱਖੇ ਥੋਡੀ ਸਰਕਾਰ ਵਾਲੇ ਨਹੀਂ ਚੱਲੇ ਤੁਸੀਂ ਉੱਥੇ ਚਲਾਉਣੇ ਸੀ ਪੱਖੇ ਕੀ ਅਸੀਂ ਚਲਾ ਕੇ ਅੱਡੀ ਸਰਕਾਰ ਵਾਲੇ ਤਾਂ ਨਾ ਉੱਥੇ ਐਸੀ ਚੱਲਦੇ ਹੁੰਦੇ ਸੀ ਲੈ ਬਈ ਆ ਤੋ ਨਵੀਆਂ ਗੱਲਾਂ ਇੱਥੇ ਗੱਦਿਆਂ ਦਾ ਰੌਲਾ ਪਿਆ ਪਿਆ ਕਿ ਗੱਦੇ ਸੜੇ ਸੀਗੇ ਐਵੇਂ ਇਹ ਕਹਿੰਦੇ ਸੀ ਜਿੱਥੇ ਸਾਡੀ ਸਰਕਾਰ ਰਹੀ ਆ ਹਸਪਤਾਲਾਂ 'ਚ ਪੱਖਾਂ ਦੀ ਕਿਹੜੀ ਗੱਲ ਆ ਏਸੀ ਏਸੀ ਤਾਂ ਥੋਡੇ ਉੱਥੇ ਚੱਲਦੇ ਸੀ ਜਿੱਥੇ ਥੋਡੇ ਮੁਲਾਜ਼ਮ ਵੀ ਸੀਆਰ ਕੇ ਬੈਠੇ ਸੀਗੇ ਸਾਡੇ ਤਾਂ ਉੱਥੇ ਸਰਕਾਰੀ ਹਸਪਤਾਲਾਂ 'ਚ ਵੀ ਚੱਲਦੇ ਸੀ ਇਹ ਤਾਂ ਬਾਈ ਹੁਣ ਆਉਣ ਵਾਲਾ ਟਾਈਮ ਦੱਸੂ ਇਹ ਤਾਂ ਅਦਾਲਤ ਦੱਸੂਗੀ ਵੀ ਇਹਦਾ ਨਤੀਜਾ ਕੀ ਆ ਇਹ ਗੱਲ ਕੀ ਆ ਪੂਰੀ ਕਿਉਂਕਿ ਥੋਡੇ ਸਾਹਮਣੇ ਮੈਂ ਕੱਲੀ ਕੱਲੀ ਗੱਲ ਪੁੱਛ ਲਈ ਪਰ ਬੀਬੀ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਉਹ ਤਾਂ ਕਹਿੰਦੀ ਵੀ ਮੈਂ ਤਾਂ ਸੱਚੀ ਆ ਕੋਈ ਝੂਠ ਨਹੀਂ ਮੇਰੇ ਵਿੱਚ ਤਾਂ ਠੀਕ ਆ ਪਰ ਇਹ ਸਵਾ ਦੱਸੂਗਾ ਆਉਣ ਵਾਲਾ ਹੁਣ ਵੇਖੋ ਥੋਡੇ ਸਾਹਮਣੇ ਆ ਜਿਹੜਾ ਤੇ ਇਹ ਤੋਂ ਨੂੰ ਮੈਂ ਕੱਲੀ ਕੱਲੀ ਨਹੀਂ ਗੱਲ ਪੁੱਛ ਲੈਣਦਾ ਸਾਹਿਬ ਜੀ ਗੱਲ ਗੱਲ ਇਹਨਾਂ ਨੂੰ ਗੱਲ ਹਜੇ ਪੁੱਛ ਸਵਾਲ ਟਾਈਮ ਥੋੜਾ ਬਾਈ ਜੀ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਮੁਜਰਮ ਨੂੰ ਲਿਜਾ ਕੇ ਟਾਈਮ ਥੋੜਾ ਬਾਅਦ ਚ ਅਦਾਲਤ ਜਿਵੇਂ ਕਰੂਗੀ ਫੈਸਲਾ ਦੇਖਾਂਗੇ ਤੁਹਾਨੂੰ ਦੱਸਾਂਗੇ ਕੋਈ ਗੱਲ ਲੈ ਵੀ ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਰਹੂਗੀ ਤੁਹਾਨੂੰ ਸਚਾਈਏ ਜਿਹੜਾ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਤੁਹਾਡੇ ਮੇਰੇ ਮਗਰ ਤੁਸੀਂ ਕੋਠੀ ਵੇਖ ਸਕਦੇ ਹੋ ਇਹ ਸਰਪੰਚ ਦੀ ਹੈ ਜਿੱਤੇ ਕਰੋੜਾਂ ਰੁਪਈਆ ਦੇ ਇਲਜ਼ਾਮ ਲੱਗਿਆ ਸੱਚ ਕੀ ਆ ਝੂਠ ਕੀ ਆ ਇਹ ਤੁਹਾਨੂੰ ਜਿਹੜਾ ਆਉਣ ਵਾਲਾ ਟਾਈਮ ਦੱਸੂਗਾ ਅਦਾਲਤ ਦੇ ਵਿੱਚ ਉਹਨੂੰ